ਬਲਦੇਵ ਸਿੰਘ ਦੀ ਪੁਸਤਕ ਹਨੇਰੇ ਸਵੇਰੇ ਦੀ ਕਹਾਣੀ ਹੈ ਕੁੱਗੀਆਂ ਗਿਆਨੀ ਇਸ਼ਰ ਸਿੰਘ ਹੂਕ ਸੁੱਤਾ ਪਿਆ ਸੀ ਜਦੋਂ ਉਹਦੀ ਘਰਵਾਲੀ ਨੇ ਉਹਨੂੰ ਹਲੂਣਿਆ ਦਸੰਬਰ ਮਹੀਨੇ ਦੀ ਠੰਡ ਵਿੱਚ ਉਹ ਰਜਾਈ ਦੇ ਹੇਠਾਂ ਕੰਬਲ ਜੋੜੀ ਕੁੰਗੜਿਆ ਪਿਆ ਸੀ ਉਹ ਜਾਗਤਾ ਪਿਆ ਪਰ ਰਜਾਈ ਦਾ ਪੱਲਾ ਸਰਕਾਉਣ ਦੀ ਉਹਦੀ ਹਿੰਮਤ ਨਾ ਪਈ ਘਰਵਾਲੀ ਨੇ ਫੇਰ ਝੰਜੋੜਿਆ ਸੌਣ ਦੇ ਨਾ ਗਿਆਨੀ ਨੀਂਦ ਚੋਂ ਬੋਲਿਆ ਸੁਣੋ ਤਾਂ ਸਹੀ ਆਪਣੀ ਖਿੜਕੀ ਤੇ ਦੋ ਵਾਰੀ ਠਕ ਠਕ ਹੋਈ ਐ ਜੀ ਘਰ ਵਾਲੀ ਨੇ ਮੱਧਮ ਸੁਰਚ ਡਰੀ ਸਮੀ ਆਵਾਜ਼ ਕੱਢੀ ਹੈ ਗਿਆਨੀ ਘਬਰਾ ਕੇ ਅੱਧਾ ਉੱਠ ਬੈਠਾ ਤੇ ਖਿੜਕੀ ਵੱਲ ਇੱਕ ਟੱਕ ਟੱਕਣ ਲੱਗਾ ਦਿਲ ਦੀ ਧੜਕਣ ਵਧ ਗਈ ਘਰ ਵਾਲੀ ਨੇ ਆਪਣੇ ਕਾਲਜੀ ਤੇ ਹੱਥ ਰੱਖਿਆ ਖਿੜਕੀ ਤੇ ਠਕ ਠਕ ਫੇਰ ਹੋਈ ਰੁਕ ਰੁਕ ਕੇ ਅਬ ਕਮਰੇ ਅੰਦਰ ਹਨੇਰਾ ਸੀ ਜੇ ਚਾਨਣ ਹੁੰਦਾ ਤਾਂ ਦੋਹਾਂ ਦੇ ਚਿਹਰੇ ਡਰ ਕਾਰਨ ਪੀਲੇ ਬਸਾਰ ਹੋਏ ਦਿਸਦੇ ਕਰਵਾਲੀ ਨੇ ਡਰ ਕੇ ਗਿਆਨੀ ਦਾ ਮੋਢਾ ਫੜ ਲਿਆ ਕੌਣ ਹੋਊਗਾ ਜੀ ਇਸ ਵੇਲੇ ਇਸ ਸਵਾਲ ਦਾ ਜਵਾਬ ਦੇਣ ਦੀ ਥਾਂ ਗਿਆਨੀ ਦਾ ਜੀ ਕੀਤਾ ਲਾਈਟ ਜਗਾ ਕੇ ਵਕਤ ਦੇਖੇ ਲੱਗਦਾ ਅੱਧੀ ਰਾਤ ਹੋਣ ਨੂੰ ਆਈ ਹੈ ਜੇ ਪਿੰਡ ਦਾ ਕੋਈ ਗਰਜਮੰਦ ਹੁੰਦਾ ਤਾਂ ਉਹਨੇ ਗੁਰਦੁਆਰੇ ਦਾ ਵੱਡਾ ਲੋਹੇ ਵਾਲਾ ਗੇਟ ਖੜਕਾਉਣਾ ਸੀ ਡਰ ਕਾਰਨ ਜਾਂ ਉੰਜੀ ਠੰਡ ਕਾਰਨ ਗਿਆਨੀ ਨੂੰ ਪਿਸ਼ਾਬ ਦੀ ਹਾਜਤ ਹੋਈ ਪਰ ਬਾਹਰ ਜਾਣ ਦੀ ਹਿੰਮਤ ਨਾ ਪਈ ਖਿੜਕੀ ਤੇ ਫੇਰ ਠਕ ਠਕ ਹੋਈ ਉਵੇਂ ਪਹਿਲਾਂ ਵਾਂਗ ਰੁਕ ਰੁਕ ਕੇ ਕੌਣ ਗਿਆਨੀ ਨੇ ਖਿੜਕੀ ਲਾਗੇ ਮੂੰਹ ਕਰਕੇ ਪੁੱਛਣ ਦੀ ਜੁਰਤ ਕੀਤੀ ਸਿੰਘਾ ਗੇਟ ਖੋਲ ਬਾਹਰ ਲਾ ਆਵਾਜ਼ ਮੱਦਮ ਸੀ ਪਰ ਹੁਕਮ ਵਰਗੀ ਸੀ ਤੂੰ ਹੈ ਕੌਣ ਭਾਈ ਐਸ ਵੇਲੇ ਗਿਆਨੀ ਨੇ ਹਿੰਮਤ ਕਰਕੇ ਪੁੱਛਿਆ ਤੇ ਖਿੜਕੀ ਖੋਲ ਕੇ ਝੀਠ ਵਿੱਚੋਂ ਦੀ ਬਾਹਰ ਝਾਕਿਆ ਬਾਹਰ ਪੂਰਾ ਹਨੇਰਾ ਸੀ ਖਿੜਕੀ ਲਾਗੇ ਇੱਕ ਕਾਲਾ ਜਿਹਾ ਮਨੁੱਖੀ ਪਰਛਾਵਾਂ ਦਿਸਿਆ ਆਸਤਾ ਜੀ ਖਿੜਕੀ ਬੰਦ ਕਰਕੇ ਗਿਆਨੀ ਨੇ ਆਪਣੀ ਘਰ ਵਾਲੀ ਵੱਲ ਤੱਕਿਆ ਤੇ ਸੋਚੀ ਪੈ ਗਿਆ ਕੌਣ ਹੋਇਆ ਕੋਈ ਰਾਗੀਰ ਤਾਂ ਹੋ ਨਹੀਂ ਸਕਦਾ ਉਹਨੇ ਲੋਹੇ ਵਾਲਾ ਗੇਟ ਖੜਕਾਉਣਾ ਸੀ ਕੋਈ ਉਪਰੋਂ ਇੰਨੀ ਰਾਤ ਸਮੇਂ ਖਿੜਕੀ ਲਾਗੇ ਕੀ ਕਰਨਾ ਇਹੋ ਕੋਈ ਪੁਲਿਸ ਵਾਲਾ ਹੁੰਦਾ ਤਾਂ ਉਹਨੇ ਚੋਰਾ ਵਾਂਗ ਥੋੜਾ ਹੀ ਆਉਣਾ ਸੀ ਫੇਰ ਕਿਤੇ ਅੱਤਵਾਦੀ ਇਹ ਸੋਚ ਆਉਂਦੀ ਹੈ ਗਿਆਨੀ ਦੀ ਦੇਹ ਕੰਬਣ ਲੱਗ ਪਈ ਸਿੰਘਾ ਮੈਂ ਗੇਟ ਵਾਲ ਚੱਲਦਾ ਆ ਕੇ ਖੋਲੇ ਨੂੰ ਫੇਰ ਹੋਈ ਠਕ ਠਕ ਦੇ ਨਾਲ ਗਿਆਨੀ ਨੂੰ ਸਪਸ਼ਟ ਹੁਕਮ ਸੁਣਾਈ ਦਿੱਤਾ ਜਿਹੜਾ ਖਿੜਕੀ ਦੀਆਂ ਵਿੱਥਾਂ ਵਿੱਚੋਂ ਦੀ ਆ ਕੇ ਕਮਰੇ ਦੇ ਹਨੇਰੇ 'ਚ ਫੈਲ ਗਿਆ ਗਿਆਨੀ ਨੇ ਜੁੱਤੀ ਪਾਈ ਰਜਾਈ ਹੀਟ ਲਾ ਕੰਬਲ ਖਿੱਚ ਕੇ ਬੁੱਕਲ ਮਾਰੀ ਡਰ ਨਾਲ ਪੈ ਭੀਤ ਹੋਈ ਘਰ ਵਾਲੀ ਦਾ ਮੋਢਾ ਨੱਪ ਕੇ ਤਸੱਲੀ ਦੇਣੀ ਚਾਹੀ ਤੇ ਕਮਰੇ ਤੋਂ ਬਾਹਰ ਗੁਰਦੁਆਰੇ ਦੇ ਵੇੜੇ 'ਚ ਆ ਗਿਆ ਉੱਪਰ ਅਸਮਾਨ ਵੱਲ ਤੱਕਿਆ ਸੰਘਣੇ ਸਿੱਲੇ ਬੱਦਲ ਨਿਸ਼ਾਨ ਸਭ ਤੱਕ ਝੁਕਾਏ ਸੀ ਪੈਰਾਂ ਵੱਲੋਂ ਸੁੰਨ ਉੱਪਰ ਵੱਲ ਚੜਦੀ ਜਾਪੀ ਪਿਸ਼ਾਬ ਦੀ ਹਾਜਤ ਫੇਰ ਹੋਈ ਪਰ ਗੁਸਲਖਾਨੇ ਵੱਲ ਜਾਣ ਨੂੰ ਦਿਲ ਨਾ ਕੀਤਾ ਲੋਹੇ ਦੇ ਵੱਡੇ ਗੇਟ ਤੱਕ ਗਿਆ ਤੇ ਵੈਗਰੂ ਵੈਗਰੂ ਜਪਦੇ ਨੇ ਪੂਰੀ ਚੌਕਸੀ ਨਾਲ ਬਿਨਾ ਖੜਾਕ ਕੀਤੇ ਆਇਸਤਾ ਜਿਹਾ ਦਰਵਾਜ਼ਾ ਖੋਲ ਦਿੱਤਾ ਕਾਲੀ ਨਾਲ ਕੋਈ ਅੰਦਰ ਲੰਘਿਆ ਤੇ ਤੁਰੰਤ ਗੇਟ ਬੰਦ ਕਰਨ ਦਾ ਹੁਕਮ ਦਿੱਤਾ ਕਿਹਨੂੰ ਮਿਲਣਾ ਭਾਈ ਗਿਆਨੀ ਨੇ ਡਰਦੇ ਆਂ ਡਰਦੇ ਆਂ ਪੁੱਛਿਆ ਤੈਨੂੰ ਹੀ ਮਿਲਣਾ ਸਿੰਘਾ ਅੱਗੋਂ ਰੁਖੀ ਆਵਾਜ਼ ਸੁਣੀ ਕੀ ਕੰਮ ਪੈ ਗਿਆ ਇਸ ਵੇਲੇ ਗਿਆਨੀ ਨੂੰ ਜਪਿਆ ਉਹਦੀ ਬਾਹ ਨਾਲ ਠੰਡੀ ਲੋਹੇ ਵਰਗੀ ਕੋਈ ਵਸਤੂ ਛੋਈ ਹੈ ਸਾਰੇ ਸਰੀਰ ਵਿੱਚੋਂ ਦੀ ਚਰਨਾਟ ਫਿਰ ਗਈ ਕੰਬ ਦੇ ਹੱਥਾਂ ਨਾਲ ਦਰਵਾਜ਼ਾ ਬੰਦ ਕਰਦੇ ਉਹਨੇ ਕਿਹਾ ਕਮਰਾ ਤਾਂ ਇੱਕੋ ਹੈ ਮੇਰੇ ਕੋਲ ਜੇ ਰਾਤ ਕੱਟਣੀ ਹੈ ਤਾਂ ਤੂੰ ਕਮਰੇ ਦੀ ਗੱਲ ਕਰਦਾ ਸਿੰਗਾ ਜੇ ਮੰਝਾ ਇੱਕ ਹੋਇਆ ਤਾਂ ਵੀ ਸਾਰ ਲਾਂਗੇ ਕਮਰੇ ਵੱਲ ਜਾਂਦੇ ਉਹਨੇ ਗਿਆਨੀ ਨੂੰ ਕਿਹਾ ਤੇ ਅੱਗੇ ਹੋ ਕੇ ਚੱਲਣ ਦਾ ਇਸ਼ਾਰਾ ਕੀਤਾ ਅੰਦਰ ਵੜਦੇ ਆ ਗਿਆਨੀ ਨੇ ਲਾਈਟ ਜਲਾ ਦਿੱਤੀ ਘਰ ਵਾਲੀ ਡਰੀ ਹੋਈ ਇੱਕ ਕੋਨੇ 'ਚ ਧੁੱਪ ਗਈ ਬਾਹਰੋਂ ਆਏ ਵਿਅਕਤੀ ਨੇ ਕਮਰੇ ਦਾ ਜਾਇਜ਼ਾ ਲਿਆ ਦੋ ਹੀ ਮੰਝੇ ਸੀ ਇੱਕ ਨੁੱਕਰ 'ਚ ਸਟੋਵ ਤੇ ਰਸੋਈ ਦਾ ਨਿਕਸੋਕ ਪਿਆ ਸੀ ਇੱਕ ਮੇਜ਼ ਤੇ ਹਾਰਮੋਨੀਅਮ ਰੱਖਿਆ ਸੀ ਸਾਹਮਣੇ ਦਿਸਦੀ ਕਿੱਲੀ ਤੇ ਗਾਤਰੇ ਵਾਲੀ ਛੋਟੀ ਕਿਰਪਾਨ ਲਟਕ ਰਹੀ ਸੀ ਫਿਰ ਉਹਨੇ ਮੋਢੇ ਤੋਂ ਬੈਗ ਲਾਇਆ ਤੇ ਗਿਆਨੀ ਵਾਲੇ ਮੰਜੇ ਤੇ ਰੱਖ ਦਿੱਤਾ ਇੱਕ ਪਾਸੇ ਸਾਈਕਲ ਵੀ ਉਹਨੇ ਵੇਖਿਆ ਮੈਨੂੰ ਭੁੱਖ ਬਹੁਤ ਲੱਗੀ ਐ ਖਾਣ ਦਾ ਪ੍ਰਬੰਧ ਕਰੋ ਸੱਜੇ ਮੋਢਿਆਂ ਅਸਾਲਟ ਲਾ ਕੇ ਉਹਨੇ ਹੱਥ 'ਚ ਫੜਦਿਆਂ ਗਿਆ ਫਿਰ ਪੁੱਛਿਆ ਰੌਸ਼ਨੀ ਘਟ ਨਹੀਂ ਹੋ ਸਕਦੀ ਚਾਨਣ ਪੜਾਓ ਉਪਰਾਂ ਲੱਗਦਾ ਗਿਆਨੀ ਦਾ ਇਸ਼ਾਰਾ ਪਾ ਕੇ ਉਹਦੀ ਘਰ ਵਾਲੀ ਸਟੋਵ ਬਾਲਣ ਲੱਗੀ ਗਿਆਨੀ ਨੇ ਤੇਜ਼ ਬੱਲਬ ਉੱਪਰ ਤ올ੀਆਂ ਲਟਕਾ ਦਿੱਤਾ ਤਿੱਖੀ ਰੌਸ਼ਨੀ ਰਹਾਸਮਈ ਧੁੰਦਲਕੇ ਚ ਬਦਲ ਗਈ ਹੁਣ ਬਾਹਰੋਂ ਆਇਆ ਜਣਾ ਸਹਿਜ ਹੋ ਕੇ ਮੰਜੇ ਤੇ ਬੈਠ ਗਿਆ ਤੇ ਅਸਾਲਟ ਆਪਣੇ ਪੱਟਾ ਤੇ ਰੱਖ ਲਈ ਕੁਝ ਪਲ ਗਿਆਨੀ ਦੀ ਘਰ ਵਾਲੀ ਵੱਲ ਝਾਕਿਆ ਤੇ ਫਿਰ ਬਦਾਵਾਸ ਹੋਏ ਖੜੇ ਗਿਆਨੀ ਨੂੰ ਪੁੱਛਿਆ ਸੂਏ ਦੀ ਪੁਲੀ ਲੰਘ ਕੇ ਖੱਬੇ ਪਾਸੇ ਦੇ ਪਹਿਲੇ ਪਿੰਡ ਵਾਲੇ ਰੰਗੜ ਸਿੰਘ ਨੂੰ ਜਾਣਦਾ ਓ ਉਹ ਜਿਹੜਾ ਬਲੈਕੀ ਆ ਵਜਦਾ ਗਿਆਨੀ ਨੇ ਝੱਕਦਿਆਂ ਪੁੱਛਿਆ ਹਾਂ ਉਹੀ ਫਿਰ ਉਹਨੇ ਆਪਣੀ ਜਥੇਬੰਦੀ ਦੇ ਲੀਡਰ ਦਾ ਨਾਮ ਲੈ ਕੇ ਪੁੱਛਿਆ ਉਹਨੂੰ ਜਾਣਦਾ ਹੈ ਨਹੀਂ ਉਹਨੂੰ ਤਾਂ ਨਹੀਂ ਜਾਣਦਾ ਉਹਦਾ ਨਾਮ ਸੁਣਿਆ ਹਾਂ ਨਾਮ ਸੁਣਿਆ ਬਸ ਇੰਨਾ ਹੀ ਬਹੁਤ ਹੈ ਆ ਬੈਗ ਦੇਖ ਉਹਨੇ ਚੇਨ ਖੋਲੀ ਇਹਦੇ ਵਿੱਚ 10 ਲੱਖ ਰੁਪਏ ਹੈ ਇਹ ਤੋਂ ਸਵੇਰੇ ਰੰਗੜ ਸਿੰਘ ਕੋਲੇ ਪਹੁੰਚਾਉਣਾ ਹੈ 8 ਵਜੇ ਤੋਂ ਪਹਿਲਾਂ ਸਾਡਾ ਉੱਥੇ ਜਾਣਾ ਠੀਕ ਨਹੀਂ ਹੈ ਤੇਰੇ ਤੇ ਕਿਸੇ ਨੇ ਸ਼ੱਕ ਨਹੀਂ ਕਰਨੀ ਮੈਂ ਤਾਂ ਪੂਜਾ ਪਾਠ ਕਰਨ ਵਾਲਾ ਬੰਦਾ ਭਾਈ ਸਾਹਿਬ ਗੁਰੂ ਘਰ ਦਾ ਸੇਵਕਾਂ ਮੈਨੂੰ ਇਹੋ ਜਿਹੀ ਪੁੱਠੇ ਕੰਮਾਂ 'ਚ ਇਹ ਪੁੱਠੇ ਕੰਮ ਹੈ ਉਹ ਤਲਖੀ ਚ ਆ ਗਿਆ ਪੂਰੀ ਕੌਮ ਤੇ ਭੀੜ ਬਣੀ ਹੋਈ ਐ ਅਸੀਂ ਤਾਂ ਜਾਣਤਲੀ ਤੇ ਰੱਖੀ ਫਿਰਦੇ ਆਂ ਕੜਾਕੇ ਦੀ ਠੰਡ 'ਚ ਕਮਾਦਾਂ 'ਚ ਲੁਕਦੇ ਫਿਰਦੇ ਆਂ ਤੇ ਤੁਸੀਂ ਰਜਾਈਆਂ ਲੈ ਕੇ ਤੀਵੀਆਂ ਦਾ ਨਿਗ ਮਾਣਦੇ ਹੋ ਅਸੀਂ ਤੁਹਾਡੇ ਭਲੇ ਲਈ ਘਰਾਂ ਦੇ ਮੋਹ ਤੇ ਆਗੇ ਗਿਆਨੀ ਨੇ ਦੇਖਿਆ ਰੋਜ਼ ਚ ਆਇਆ ਉਹ ਗੱਲਾਂ ਕਰਦਾ ਸਬਜ਼ੀ ਗਰਮ ਕਰ ਰਹੀ ਉਹਦੀ ਘਰ ਵਾਲੀ ਵੱਲ ਲਗਾਤਾਰ ਤੱਕ ਰਿਆ ਸੀ ਪਰ ਮੈਂ ਸਾਜਰੇ ਉੱਠ ਕੇ ਗੁਰੂ ਰੰਧ ਸਾਹਿਬ ਦਾ ਪ੍ਰਕਾਸ਼ ਕਰਨਾ ਹੁੰਦਾ ਸਿਰਫ ਪਾਠ ਕਰਨਾ ਹੁੰਦਾ ਹੈ ਗੁਰਦੁਆਰੇ ਦੀ ਸਫਾਈ ਵੀ ਕਰਨੀ ਹੁੰਦੀ ਹੈ ਗਿਆਨੀ ਆਪਣੇ ਬਚਾ ਲੇ ਅੱਕੀ ਪਲਾਹੀ ਹੱਥ ਮਾਰਨ ਲੱਗਾ ਜਦੋਂ ਸਮੁੱਚੀ ਕੌਮ ਦਾ ਵਕਾਰ ਦਾਤੇ ਰੱਖਿਆ ਹੋਵੇ ਸਿੰਘਾਂ ਉਦੋਂ ਹਰੇਕ ਨੂੰ ਕੁਰਬਾਨੀ ਲਈ ਤਿਆਰ ਰਹਿਣਾ ਚਾਹੀਦਾ ਹੈ ਕੀ ਹੋ ਗਿਆ ਕੌਮ ਦੇ ਵਕਾਰ ਨੂੰ ਗਿਆਨੀ ਨੇ ਪੁੱਛਣ ਦੀ ਹਿੰਮਤ ਕੀਤੀ ਤੂੰ ਨਹੀਂ ਸਮਝੇਂਗਾ ਸਿੰਘਾ ਇਹ ਇਹ ਗੱਲਾਂ ਤੇਰੀ ਡਿਊਟੀ ਸਿਰਫ ਇੰਨੀ ਲੱਗੀ ਹੈ ਆ ਬੈਗ ਸਵੇਰੇ 8 ਵਜੇ ਤੱਕ ਰੰਗੜ ਸਿੰਘ ਕੋਲ ਪਹੁੰਚ ਜਾਣਾ ਚਾਹੀਦਾ ਹੈ ਖਬਰ ਸਾਡੇ ਕੋਲ ਆਪਣੇ ਆਪ ਪਹੁੰਚ ਜਾਏਗੀ ਅਣਗਹਿਲੀ ਜਾਂ ਕੇ ਸੜ ਮਾਰੇਗਾ ਤਾਂ ਤੇਰਾ ਨੁਕਸਾਨ ਵੀ ਹੋ ਸਕਦਾ ਹੈ ਹੁਣ ਮੈਂ ਗੱਲ ਕਰ ਰਿਹਾ ਕੱਲ ਨੂੰ ਸਾਡੀ ਅਸਾਲਟ ਗੱਲਾਂ ਕਰੇਗੀ ਕਹਿੰਦੇ ਆ ਉਹਨੇ ਅਸਾਲਟ ਨੂੰ ਪਲੋਸਿਆ ਤੇ ਤਿੱਖੀ ਨਜ਼ਰ ਨਾਲ ਗਿਆਨੀ ਦਾ ਚਿਹਰਾ ਕੋਖਣ ਲੱਗਿਆ ਇੰਨੇ ਚਿਰ ਚ ਗਿਆਨੀ ਦੀ ਘਰ ਵਾਲੀ ਨੇ ਬਚੀ ਹੋਈ ਸਬਜ਼ੀ ਤੇ ਰੋਟੀ ਗਰਮ ਕਰ ਲਈ ਥਾਲੀ ਚ ਪਾ ਕੇ ਗਿਆਨੀ ਨੂੰ ਲਿਆ ਫੜਾਈ ਬਿਨਾ ਕੁਝ ਕਿਹਾ ਗਿਆਨੀ ਨੇ ਥਾਲ ਬਾਹਰੋਂ ਆਏ ਵਿਅਕਤੀ ਵੱਲ ਵਧਾਇਆ। ਉਹਨੇ ਥਾਲ ਫੜ ਲਿਆ। ਅੱਧੀ ਰੋਟੀ ਤੋੜ ਕੇ ਉਸ ਉੱਪਰ ਸਬਜ਼ੀ ਪਾਈ ਤੇ ਗਿਆਨੀ ਨੂੰ ਹੁਕਮ ਦਿੱਤਾ। ਇਹਨੂੰ ਖਾ ਪਹਿਲਾਂ। ਮੈਨੂੰ ਲੋੜ ਨਹੀਂ ਐ ਮੈਂ ਖਾ ਚੁੱਕਿਆ। ਮੈਨੂੰ ਖਾ ਕੇ ਵਖਾ। ਉਹਨੇ ਹੋਰ ਸਖਤੀ ਨਾਲ ਕਿਹਾ। ਗਿਆਨੀ ਨੇ ਰੋਟੀ ਫੜ ਲਈ ਤੇ ਖਾਣ ਲੱਗਾ। ਗਿਆਨੀ ਨੂੰ ਖਾਂਦਿਆਂ ਵੇਖ ਕੇ ਉਹ ਵੀ ਖਾਣ ਲੱਗਾ। ਉਹਦੇ ਇਸ ਭੈ ਨੂੰ ਜਾਣ ਕੇ ਗਿਆਨੀ ਅੰਦਰ ਡਰ ਨਾਲ ਧੜਕਦਾ ਦਿਲ ਕੁਝ ਸਹਿਜ ਹੋਣ ਲੱਗਾ। ਜੇ ਰੀਤੇ ਠਰਮਾ ਲਿਆਉਂਦੀਆਂ ਉਹਨੇ ਕਿਹਾ ਲੋਕਾਂ ਤੋਂ ਇੰਨਾ ਡਰਨ ਵਾਲੇ ਕੌਮਲੀ ਲੜੀ ਜਾਣ ਵਾਲੀ ਲੜਾਈ ਕਿਵੇਂ ਜਿੱਤ ਲੈਣਗੇ ਗਿਆਨੀ ਦੀ ਗੱਲ ਸੁਣ ਕੇ ਉਹ ਹਰਕ ਨਾਲ ਝਾਕਿਆ ਜ਼ਰੂਰ ਪਰ ਰੋਟੀ ਖਾਈ ਗਿਆ ਸੌਣ ਲੱਗਿਆ ਗਿਆਨੀ ਨੇ ਇੱਕ ਛੋਟੀ ਮੰਜੀ ਬਰੋਂ ਚੁੱਕ ਲਈ ਆਂਦੀ ਤੇ ਦੋਹਾਂ ਮੰਜਿਆਂ ਨੂੰ ਸਰਕਾ ਕੇ ਵਿੱਚ ਘਾੜ ਢਾਲੀ ਬੈਗ ਵਾਲਾ ਚਪਚਾਪ ਅਸਾਲਟ ਨੂੰ ਇੱਕ ਪਾਸੇ ਰੱਖੀ ਤੇ ਗਿਆਨੀ ਵਾਲੀ ਰਜਾਈ ਉੱਪਰ ਲਈ ਕਦੇ ਉਹਦੀ ਘਰ ਵਾਲੀ ਤੇ ਕਦੇ ਗਿਆਨੀ ਦੀ ਹਰਕਤਾਂ ਤਾੜਦਾਰਿਆ ਬੱਤੀ ਬੁਝਾਤੀਆ ਪੈਨ ਲੱਗਿਆ ਗਿਆਨੀ ਨੇ ਉਹਨੂੰ ਪੁੱਛਿਆ ਨਹੀਂ ਕਰਣਾ ਹੁਕਮ ਸੁਣਿਆ ਪਹਿਲਾਂ ਇਹ ਬੈਗ ਸੰਭਲੋ ਨੋਟ ਗਿਣਨੇ ਆ ਤਾਂ ਗਿਣ ਕੇ ਵੇਖ ਲਓ ਇਹ ਅਮਾਨਤ ਹੈ ਕੌਮ ਦੀ ਕਿੱਥੋਂ ਮਿਲੇ ਅਨੇ ਰੁਪਈਏ ਕੱਲ ਨੂੰ ਅਖਬਾਰਾਂ ਚ ਪੜ੍ਹ ਲਈ ਬੁਲਾਉਣਾ ਨਹੀਂ ਹੁਣ ਮੈਨੂੰ 2 ਘੰਟਿਆਂ ਬਾਅਦ ਮੈਂ ਚਲੇ ਜਾਣਾ ਤੁਰਨ ਲੱਗਾ ਚਾਹ ਪੀਊਂਗਾ ਦੁੱਧ ਹੈਗਾ ਤਾਂ ਠੀਕ ਹੈ ਨਹੀਂ ਤਾਂ ਮਾਰੂ ਚਾਹ ਹੀ ਪੀ ਲਊਗਾ ਚਾਹ ਤਾਂ ਮਿਲ ਜੂਗੀ ਤੈਨੂੰ ਪਰ ਜੇ ਬੈਗ ਵਾਲਾ ਕੰਮ ਕਿਸੇ ਹੋਰ ਨੂੰ ਨਹੀਂ ਕੋਈ ਹੋਰ ਨਹੀਂ ਇਹ ਕੰਮ ਕਰੇਗਾ ਇਹ ਤੇਰੇ ਹੀ ਕਰਨ ਵਾਲਾ ਉਹਨੇ ਗਿਆਨੀ ਨੂੰ ਟੋਕਿਆ ਤੈਨੂੰ ਪਤਾ ਹੈ 100 ਰੁਪਏ ਵੇਖ ਕੇ ਕੋਈ ਵੀ ਬੇਈਮਾਨ ਹੋ ਸਕਦਾ ਕੌਮ ਨਾਲ ਗੱਦਾਰੀ ਕਰਨ ਵਾਲੇ ਨੂੰ ਅਸੀਂ ਮਾਫ ਨਹੀਂ ਕਰਦੇ ਹੁੰਦੇ ਜਾਣਕਾਰੀ ਦੇਣ ਦੇ ਨਾਲ ਨਾਲ ਇੱਕ ਤਰ੍ਹਾਂ ਗਿਆਨੀ ਨੂੰ ਧਮਕੀ ਵੀ ਦੇ ਗਿਆ ਫਿਰ ਉਹਨੇ ਸਾਲਟ ਸਰਾਣੀ ਰੱਖ ਲਈ ਤੇ ਇਸ ਰਜਾਈ ਖਿੱਚ ਕੇ ਆਪਣੇ ਉੱਪਰ ਲੈ ਲਈ ਮੰਜੇ ਤੇ ਪਿਆ ਛੱਤ ਦੇ ਬਾਲਿਆਂ ਨੂੰ ਘੂਰਦਾ ਗਿਆਨੀ ਆ ਜੀਬ ਕੜਿੱਕੀ 'ਚ ਫਸਿਆ ਮਹਿਸੂਸ ਕਰ ਰਿਹਾ ਸੀ ਕਿੱਥੋਂ ਆਏ ਹੋਣਗੇ ਇਹ ਨੇ ਰੁਪਏ ਕੋਈ ਘਰ ਲੁੱਟਿਆ ਹੋਵੇਗਾ ਜਾਂ ਕੋਈ ਬੈਂਕ ਕੀ ਪਤਾ 2-4 ਬੰਦੇ ਵੀ ਮਾਰੇ ਹੋਣ ਰੰਗੜ ਸਿੰਘ ਨੂੰ ਬੈਗ ਪਹੁੰਚਾਉਣ ਲਈ ਮੇਰੇ ਕੋਲ ਕਾਹਤੋਂ ਆਇਆ ਹਰਾਮੀ ਮੇਰੀ ਘਰ ਵਾਲੀ ਵੱਲ ਕਿਵੇਂ ਝਾਕਦਾ ਸੀ ਜੇ ਮੈਂ ਸਾਫ਼ ਨਾ ਕਰ ਦੇ ਕਿ ਪਤਾ ਇਹਨਾਂ ਨੂੰ ਸਾਡੇ ਘਰ ਦਾ ਵੀ ਪਤਾ ਹੋ ਜੇ ਉੱਥੇ ਸਾਰਿਆਂ ਨੂੰ ਮਾਰ ਗਏ ਅਦੀਪ ਜੈ ਦਰਤਿ ਸ਼ੰਕੇ ਗਿਆਨੀ ਦੇ ਮਨ ਚ ਉਪਜਦੇ ਰਹੇ ਫਿਰ ਉਹਨੂੰ ਮਹਿਸੂਸ ਹੋਇਆ ਜਿਵੇਂ ਨਾਲ ਵਾਲੇ ਮੰਜੇ ਤੋਂ ਉੱਠ ਕੇ ਬੈਠਾ ਹੋਵੇ ਗਿਆਨੀ ਨੇ ਅੱਖਾਂ ਉੱਪਰ ਬਾਹਰ ਰੱਖ ਕੇ ਹੇਠਾਂ ਦੀ ਵੇਖਿਆ ਸੱਚੀ ਉਹ ਬੈਠਾ ਕਦੇ ਗਿਆਨੀ ਵੱਲ ਕਦੇ ਉਹਦੀ ਘਰ ਵਾਲੀ ਦੇ ਮੰਜੇ ਵੱਲ ਤੱਕ ਰਿਹਾ ਸੀ ਜੇ ਘਰ ਵਾਲੀ ਨਾਲ ਜ਼ਬਰਦਸਤੀ ਕਰਨੀ ਚਾਹੀ ਤਾਂ ਕੀ ਕਰਾਂਗਾ ਮੈਂ ਉਸ ਕੋਲ ਤਾਂ ਹਥਿਆਰ ਵੀ ਹੈ ਇਹ ਕਿਹੜੀ ਕੌਮਲੀ ਲੜਾਈ ਲੜੀ ਜਾ ਰਹੀ ਹੈ ਗਿਆਨੀ ਬਿਨਾਂ ਹਰਕਤ ਕੀਤੇਆਂ ਓਵੇਂ ਪਿਆ ਉਹਦੀ ਹਿਲਜੁਲ ਮਹਿਸੂਸ ਕਰਦਾ ਰਿਹਾ ਫਿਰ ਉਹਨੂੰ ਲੱਗਿਆ ਜਿਵੇਂ ਉਹ ਪੈ ਗਿਆ ਹੋਵੇ ਉਹਨੂੰ ਪਿਸ਼ਾਬ ਦੀ ਤੇਜ਼ ਹਾਜਤ ਮਹਿਸੂਸ ਹੋਈ ਉਹ ਉઠਿਆ ਜੁੱਤੀ ਪਾਈ ਬਾਹਰ ਜਾਣ ਲਈ ਬੂਹਾ ਖੋਲਣ ਲੱਗਾ ਠਹਿਰ ਪਿੱਛੋਂ ਸਖਤ ਆਵਾਜ਼ ਸੁਣੀ ਗਿਆਨੀ ਦੇ ਹੱਥ ਥਾਂੇ ਰੁਕ ਗਏ ਇਹ ਇਕੱਲਾ ਬਾਹਰ ਨਹੀਂ ਜਾਏਗਾ ਆਕੇ ਉਹ ਵੀ ਉઠਿਆ ਤੇ ਅਸਾਲਟ ਚੁੱਕ ਕੇ ਗਿਆਨੀ ਤੇ ਨਿਗਰਾਨੀ ਰੱਖਣ ਲਈ ਉਹਦੇ ਨਾਲ ਬਾਹਰ ਆਇਆ ਡਰ ਕਾਰਨ ਗਿਆਨੀ ਦੀ ਘਰ ਵਾਲੀ ਵੀ ਉੱਠ ਕੇ ਬੈਠ ਗਈ ਹਨੇਰੇ 'ਚ ਉਹਨੂੰ ਪਿਸ਼ਾਬ ਦੀ ਧਾਰ ਜ਼ਮੀਨ ਤੇ ਡਿੱਗਣ ਵਰਗੀ ਆਵਾਜ਼ ਸੁਣਦੀ ਰਹੀ ਬੱਦਲ ਹੋਵੇਂ ਦੇਵੇਂ ਸਾਲ ਠੰਡ ਪਹਿਲਾਂ ਨਾਲੋਂ ਵੀ ਵੱਧ ਗਈ ਸੀ ਕੁਝ देर ਬਾਅਦ ਦੋਵੇਂ ਅੰਦਰ ਆਏ ਕਿੰਨੇ ਵਜੇ ਹੋਣਗੇ ਉਹਨੇ ਗਿਆਨੀ ਨੂੰ ਪੁੱਛਿਆ ਗਿਆਨੀ ਨੇ ਬੱਲਬ ਉੱਪਰ ਲਟਕਦਾ ਤੌਲੀਆ ਹਟਾਇਆ ਘੜੀ ਵੱਲ ਵੇਖਿਆ ਉਹ ਆਪ ਵੀ ਝੱਕਿਆ ਰਾਤ ਦਾ 1.5 ਵਜਾ ਦਾ ਸੀ ਦੱਸਣ ਦੀ ਲੋੜ ਹੀ ਨਾ ਪਈ ਗਿਆਨੀ ਨੇ ਬੱਲਬ ਨੂੰ ਫੇਰ ਤੌਲੀਏ ਨਾਲ ਟੱਕ ਦਿੱਤਾ ਘੰਟੇਕ ਨੂੰ ਮੈਂ ਚਲੇ ਜਾਣਾ ਆ ਕੇ ਰਜਾਈ 'ਚ ਵੜ ਗਿਆ ਅਸਾਲਟ ਵੱਖੀ ਨਾਲ ਲਾ ਕੇ ਕੁਝ ਦੇਰ ਸੌਣ ਦਾ ਯਤਨ ਕਰਨ ਲੱਗਾ Tanwad Childa